ਮੁਕੇਰੀਆਂ ਤੋਂ ਭਾਜਪਾ ਦੇ ਮੀਤਵਾ ਜੰਗੀ لال ਮਹਾਜਨ ਜੀ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਗੱਲ ਕਰਦੇ ਨੇ ਅੱਜ ਕਿਸ ਤਰ੍ਹਾਂ ਦੇਖਦੇ ਨੇ ਜਿਹੜੀ ਪੋਲੀਟਿਕਲ ਹੋਲਡਿੰਗ ਠੀਕ ਚੱਲ ਰਹੀ ਹੈ ਜੀ ਬਹੁਤ ਵਧੀਆ ਉਤਸ਼ਾਹ ਮੇਰੇ ਪ੍ਰਤੀ ਔਰ ਮੈਂ ਵਿਸ਼ਵਾਸ ਕਰਦਾ ਕਿ ਜਿੱਦਾਂ ਦਾ ਸਾਰੇ ਇਲਾਕੇ ਦੇ ਵਿੱਚ ਮੈਨੂੰ ਵਿਸ਼ਵਾਸ ਹਰ ਤਬਕੇ ਦਾ ਮਿਲਿਆ ਹੈ ਉਹਦੇ ਨਾਲ ਮੈਂ ਵੱਡੇ ਮਾਰਜਨ ਦੇ ਨਾਲ ਜਿੱਤ ਪ੍ਰਾਪਤ ਕਰਾਂਗੇ ਔਰ ਜੋ ਆਸ਼ਾਵਾ ਮੇਰੇ ਪ੍ਰਤੀ ਰੱਖਿਆ ਗਈਆਂ ਉਹਨੂੰ ਪੂਰਾ ਕਰਨ ਦਾ 100% ਪਿਆਸ ਕੀਤਾ ਜਾਏਗਾ ਔਰ ਉਹਦਾ ਬਦਲ ਜਿਹੜਾ ਥੋੜੇ ਦਿਨਾਂ ਦੇ ਵਿੱਚ ਹੀ ਪ੍ਰਸ਼ਾਸਨ ਚ ਬਦਲ ਜਿਹੜਾ ਤੁਹਾਨੂੰ ਲੱਭੇਗਾ ਇਹੀ ਮੇਰੀ ਕਾਮਨਾ। ਸਿੰਗਲ ਜੀ ਗੱਲ ਕਰੀਏ ਜੇ 24 ਤਰੀਕ ਨੂੰ ਨਤੀਜੇ ਆ ਜਣੇ ਆ ਉਸ ਤੋਂ ਬਾਅਦ ਜਿਹੜੇ ਜੇ ਤੁਸੀਂ ਜਿੱਤਦੇ ਉਹਦੇ ਕੀ ਮੁੱਖ ਮੁੱਦੇ ਰਹਿਣਗੇ ਮੁਕੇਰੀਆਂ ਦੇ ਜਿਹੜੇ ਤੁਸੀਂ ਇੱਥੇ ਕਰਾਓ ਸਾਡੇ ਮੁੱਖ ਮੁੱਦੇ ਜਿਹੜੇ ਲੋਕਲ ਤੌਰ ਤੇ ਆ ਉਹ ਭ੍ਰਸ਼ਟਾਚਾਰ ਖਤਮ ਕਰ ਹਰ ਸਤਰ ਤੇ ਛੋਟੇ ਸਤਰ ਦਾ ਵੀ ਵੱਡੇ ਸਤਰ ਦਾ ਭ੍ਰਸ਼ਟਾਚਾਰ ਖਤਮ ਕਰਨਾ ਉਹ ਭ੍ਰਸ਼ਟਾਚਾਰ ਖਤਮ ਹੋਣ ਤੋਂ ਹੀ ਸਾਰੇ ਲੋਕਾਂ ਨੂੰ ਬਦਲ ਥੋੜਾ ਪ੍ਰਸ਼ਾਸਨ ਚ ਬਦਲ ਜ਼ਰੂਰ ਲੱਵੇਗਾ ਔਰ ਫਰਕ ਜ਼ਰੂਰ ਲੱਵੇਗਾ ਕਿ ਜੇ ਪਹਿਲੇ ਬੰਦੇ ਸੀ ਉਹਨਾਂ ਵੇਲੇ ਕੀ ਸੀ ਦਫਤਰਾਂ ਦਾ ਮਾਹੌਲ ਤੇ ਹੁਣ ਸਾਡੇ ਵੇਲੇ ਕੀ ਹੈ ਇਹ ਸਭ ਅੱਛੀ ਤਰ੍ਹਾਂ ਲੱਵੇਗਾ ਜੀ ਗੱਲ ਕਰੀਏ ਜਿਹੜੀ ਸੱਤਾ ਹੈਗੀ ਇਸ ਟਾਈਮ ਕਾਂਗਰਸ ਦੇ ਕੋਲੇ ਲੱਗਦਾ ਹੈ ਕਿ ਜਿਹੜਾ 2.5 ਸਾਲ ਪਏ ਨੇ ਉਹ ਕੰਮ ਕਰਵਾ ਪਾਓਗੇ ਤੁਸੀਂ ਵਿਧਾਨ ਸਭਾ ਜਾ ਕੇ ਅਸੀਂ ਦੇਖੋ ਜੀ ਸਾਨੂੰ ਆਪਣੀ ਕਾਰਗਰਦੀ ਤੇ ਪੂਰਾ ਭਰੋਸਾ ਹੈ ਕਿ ਅਸੀਂ ਹਰ ਬੰਦੇ ਕੋ ਕੰਮ ਲੈਣ ਨੂੰ ਸਾਨੂੰ ਆਉਂਦਾ ਔਰ ਉਸ ਵਿੱਚ ਅਸੀਂ ਸਫਲਤਾ ਪ੍ਰਾਪਤ ਕਰਾਂਗੇ ਪੂਰੇ ਕੰਮ ਲੋਕਾਂ ਦੇ ਕਰਵਾਵਾਂਗੇ ਚਾਹੇ ਸਰਕਾਰ ਕੋਈ ਵੀ ਹੋਵੇ ਲੇਕਿਨ ਕੰਮ ਲੈਣ ਦਾ ਤਰੀਕਾ ਆਉਣਾ ਚਾਹੀਦਾ ਅਸੀਂ ਉਹ ਚ ਸਫਲ ਹੋਵਾਂਗੇ ਇੱਕ ਆਖਰੀ ਸਵਾਲ ਇੱਕ ਜਿਹੜਾ ਮੁੱਦਾ ਸੀਗਾ ਇੱਥੇ ਦਾ ਇੱਕ ਜਿਹੜਾ ਲੜਕੀਆਂ ਲਈ ਕਾਲਜ ਦਾ ਹੈਗਾ ਹੈ ਕਿਉਂ ਮੇਨ ਮੁੱਦਾ ਰਹੇਗਾ ਇਸ ਵਾਰ ਮੁਕੀਰੀਆਂ ਦੇ ਵਿੱਚ ਨਹੀਂ ਲੜਕੀਆਂ ਦਾ ਕਾਲਜ ਜਿਹੜਾ ਹੈ ਕੋਈ ਇੱਥੇ ਸਾਡੇ ਮੁਕੀਰੀਆਂ ਦੇ ਵਿੱਚ ਕਾਲਜ ਬੜੇ ਹੈ ਦੋ ਤਿੰਨ ਕਾਲਜ ਬੜੇ ਕਾਮਯਾਬੀ ਤੌਰ ਤੇ ਚੱਲ ਰਹੇ ਆ ਅੱਜ ਕੱਲੇ ਲੜਕੀਆਂ ਦਾ ਠੀਕ ਆ ਕਾਲਜ ਬਾਂਝੇ ਬਿਸ਼ੱਕ ਲੇਕਿਨ ਅੱਜ ਸਮਾਨਤਾ ਆ ਲੜਕੀ ਲੜਕੇ ਚ ਕੋਈ ਭੇਦ ਨਹੀਂ ਹੈਗਾ ਇਸ ਕਰਕੇ ਮੈਂ ਚਾਹਨਾ ਕਿ ਆਪ ਵੀ ਲੜਕੀ ਲੜਕੇ ਇਕੱਠੇ ਪੜਨ ਤੇ ਦੇਸ਼ ਦੀ ਤਰੱਕੀ ਦੇ ਵਿੱਚ ਕੋਈ ਰੋੜਾ ਨਹੀਂ ਉਹਦੇ ਵਿੱਚ ਸਫਲਤਾ ਚਾਹੁੰਦੇ ਹਨ ਸਾਡੇ ਨਾਲ ਜੰਗੀਰਾਲ ਮਾਜਨ ਜਿਨ੍ਹਾਂ ਨਾਲ ਗੱਲ ਕੀਤੀ ਹੈ ਤੇ ਉਹਨਾਂ ਦਾ ਕਹਿਣਾ ਹੈਗਾ ਕਿ ਜਿਹੜਾ ਭ੍ਰਸ਼ਟਾਚਾਰ ਦਾ ਮੁੱਦਾ ਜਿਹੜਾ 2.5 ਸਾਲ ਦੇ ਵਿੱਚ ਇੱਥੇ ਰਿਹਾ ਹੈਗਾ ਉਹ ਮੁੱਖ ਮੁੱਦਾ ਹੈਗਾ ਜਿਹੜਾ ਮੁਕੇਰੀਆਂ ਵਾਸੀਆਂ ਨੇ ਉਹਨਾਂ ਨੇ ਪ੍ਰਚਾਰ ਕੀਤਾ ਹੈਗਾ ਜਿਹੜਾ ਦੂਜਾ ਜਿਹੜੇ ਗੱਲ ਕੀਤੀ ਹੈਗੀ ਹੈ ਜਿਹੜੇ ਮੋਦੀ ਸਰਕਾਰ ਦੀ ਇਹ ਪ੍ਰਾਪਤੀਆਂ ਹੈਗੀਆਂ ਉਹਨਾਂ ਕਰਕੇ ਹੀ ਉਹਨਾਂ ਨੇ ਪੂਰੇ ਮੁਕੇਰੀਆਂ ਦੇ ਵਿੱਚ ਉਹ ਵੋਟ ਮੰਗ ਰਹੇ ਨੇ ਤੇ ਹੁਣ ਜਿਹੜਾ ਆਖਰੀ ਮੁੱਦਾ ਹੈਗਾ ਲੜਕੀਆਂ ਦੇ ਕਾਲਜ ਦੀ ਗੱਲ ਕੀਤੀ ਜਾਵੇ ਤੇ ਲੜਕੀਆਂ ਦੇ ਕਾਲਜ ਦੀ ਵੀ ਅਸੀਂ ਗੱਲ ਕੀਤੀ ਹੈਗੀ ਉਹ ਵੀ ਕਹਿੰਦੇ ਜਿਹੜੇ ਮੁੱਖ ਮੁੱਦਾ ਉਹਨਾਂ ਦੇ ਉਹ ਅਭਿਸ਼ੇਕ ਪਟਿਆ ਲਿਵਿੰਗ ਇੰਡੀਆ ਨਿਊਜ਼